ਮੱਥਾ ਟੇਕਣ ਆਇਆ ਸੀਗਾ। ਤੇ ਮੈਂ ਇਹ ਵੀ ਦੱਸਣਾ ਚਾਹਾਂਗਾ ਕਿ ਪੰਜਾਬ ਦੇ ਵਿੱਚ ਜਿਹੜੀ ਹੈ ਹਾਰਡ ਅਰਨਡ ਪੀਸ ਹੈਗੀ ਉਹ ਸਾਰੇ ਪੰਜਾਬੀ ਤੇ ਪੰਜਾਬ ਪੁਲਿਸ ਮਿਲ ਕੇ ਇਸ ਨੂੰ ਡਿਸਟਰਬ ਨਹੀਂ ਹੋਣ ਦੇਵਾਂਗੇ। ਮੈਂ ਦੋ ਤਿੰਨ ਗੱਲਾਂ ਜ਼ਰੂਰ ਕਹਿਣਾ ਚਾਹਾਂਗਾ ਕਿ ਸਭ ਤੋਂ ਪਹਿਲੇ ਕਿ ਜਿਹੜੇ ਵੀ ਸ਼ਰਾਰਤੀ ਅਨਸਰ ਹੈਗੇ ਜਿਨ੍ਹਾਂ ਨੂੰ ਬਾਹਰਲੀ ਤਾਕਤਾਂ ਪਾਕਿਸਤਾਨ ਦੀ ISI ਦਾ ਸਪੋਰਟ ਹੈਗਾ ਉਹ ਪੰਜਾਬ ਦੇ ਵਿੱਚ ਪੀਸ ਨੂੰ ਡਿਸਟਰਬ ਕਰਨ ਦੀ ਕੋਸ਼ਿਸ਼ ਕਰਦੇ ਪਏ ਹੈਗੇ, ਉਹਨਾਂ ਦੇ ਮਨਸੂਬੇ ਕਾਮਯਾਬ ਨਹੀਂ ਹੋਣਗੇ। ਨੰਬਰ ਦੋ, ਪੰਜਾਬ ਦੇ ਵਿੱਚ ਘੁੰਮੋ ਫਿਰੋ, ਦੇਖੋ ਹਾਲਾਤ ਇੱਥੇ ਬਿਲਕੁਲ ਨੋਰਮਲ ਹਨ। ਜਿਹੜੇ ਸਾਡੇ ਪੰਜਾਬੀ ਭਰਾ ਬਾਹਰ ਬੈਠੇ ਹੈ USA ਕੈਨੇਡਾ ਦੇ ਵਿੱਚ, ਮੈਂ ਉਹਨਾਂ ਨੂੰ ਕਹਾਂਗਾ ਪੰਜਾਬ ਦੇ ਵਿੱਚ ਐਬਸੋਲੂਟ ਪੀਸ ਹੈ, ਪੰਜਾਬ ਦੇ ਵਿੱਚ ਰੂਲ ਆਫ ਲਾਅ ਹੈ। ਤੁਸੀਂ ਆਪ ਆ ਕੇ ਦੇਖੋ, ਤੁਸੀਂ ਆਪਣੇ ਭਰਾਵਾਂ ਨਾਲ ਰਿਸ਼ਤੇਦਾਰਾਂ ਨਾਲ ਤੁਸੀਂ ਗੱਲ ਕਰਦੇ ਹੋ। ਸੋ ਦੇਅਰਫੋਰ ਜੇ ਪੰਜਾਬ ਬਾਰੇ ਕੋਈ ਭ੍ਰਾਂਤੀਆਂ ਹੈਗੀਆਂ, ਗਲਤ ਇੰਪ੍ਰੈਸ਼ਨ ਹੈ, ਤਾਂ ਉਸ ਨੂੰ ਦੂਰ ਕਰ ਲਓ। ਪੰਜਾਬ ਦੀ ਪੁਲਿਸ ਲਾਅ ਅਬਾਈਡਿੰਗ ਪੁਲਿਸ ਹੈ, ਸਾਡਾ ਅਸੀਂ ਲਾਅ ਦੇ ਜ਼ਿੰਮੇਵਾਰ ਹੈ, ਵੀ ਆਰ ਅਕਾਊਂਟੇਬਲ ਟੂ ਦਾ ਲਾਅ। ਸੋ ਮੈਂ ਇਹ ਸਾਰਿਆਂ ਨੂੰ ਕਹਾਂਗਾ ਜਿਹੜਾ ਕੋਈ ਲਾਅ ਵੱਲੋਂ ਲੋੜੀਂਦਾ ਹੈ ਉਹ ਆਪਣੇ ਆਪ ਨੂੰ ਪ੍ਰੋਸੈਸ ਆਫ ਲਾਅ ਦੇ ਅੱਗੇ ਸਬਮਿਟ ਕਰੇ। ਸੋ ਲਾਅ ਦੇ ਮੁਤਾਬਿਕ ਜਿਹੜਾ ਸਾਡੇ ਦੇਸ਼ ਦਾ ਕਾਨੂੰਨ ਹੈ ਉਸ ਦੇ ਮੁਤਾਬਿਕ, ਜਾਬਤੇ ਦੇ ਮੁਤਾਬਿਕ ਸਾਰਿਆਂ ਕੋਲ ਆਪਣੇ ਲੀਗਲ ਰਾਈਟਸ ਹੈਗੇ, ਲੀਗਲ ਪ੍ਰੋਸੈਸ ਹੈ। ਅਤੇ ਮੈਂ ਕੋਈ ਬਹੁਤ ਜ਼ਿਆਦਾ ਇਸ 'ਤੇ ਕਮੈਂਟ ਨਹੀਂ ਕਰਾਂਗਾ ਕਿਉਂਕਿ ਇਹ ਜੁਡੀਸ਼ੀਅਲ ਪ੍ਰੋਸੈਸ ਹੁੰਦਾ, ਪਰ ਮੈਂ ਅਦਰਵਾਈਜ਼ ਕਹਾਂਗਾ ਕਿ ਧਾਰਮਿਕ ਸਥਾਨਾਂ ਦੀ ਵਰਤੋਂ ਆਪਣੇ ਨਿੱਜੀ ਕਾਰਨਾਂ ਕਰਕੇ ਨਹੀਂ ਕਰਨੀ ਚਾਹੀਦੀ, ਧਰਮ ਗ੍ਰੰਥਾਂ ਦੀ, ਧਰਮ ਸਥਾਨਾਂ ਦੀ ਦੁਰਵਰਤੋਂ ਨਹੀਂ ਹੋਣੀ ਚਾਹੀਦੀ। ਅਤੇ ਅਸੀਂ ਪੰਜਾਬ ਦੇ ਵਿੱਚ ਪੀਸ ਨੂੰ ਮੇਨਟੇਨ ਰੱਖਾਂਗੇ। ਜਿਹੜੇ ਸ਼ਰਾਰਤੀ ਅਨਸਰ ਹੈ ਜਿਹੜੇ, ਉਹਨਾਂ ਨਾਲ ਸਖਤੀ ਨਾਲ ਅਸੀਂ ਡੀਲ ਕਰਾਂਗੇ। ਕਿਸੇ ਨੂੰ ਅਸੀਂ ਇਜਾਜ਼ਤ ਨਹੀਂ ਦਾਂਗੇ ਕਿ ਪੰਜਾਬ ਦੀ ਪੀਸ ਡਿਸਟਰਬ ਕੀਤੀ ਜਾਵੇ, ਭਾਵੇਂ ਉਹ ਪਾਕਿਸਤਾਨ ਹੈਗਾ, ਭਾਵੇਂ ਕੋਈ ਏਜੰਸੀ ਹੈਗੀ। ਨਾਲ ਦੀ ਨਾਲ ਮੈਂ ਸਾਰਿਆਂ ਨੂੰ ਅਪੀਲ ਕਰਾਂਗਾ ਕਿ ਰਿਊਮਰਸ 'ਤੇ ਨਾ ਜਾਓ, ਤੁਸੀਂ ਆਪ ਆ ਕੇ ਦੇਖੋ, ਚੈੱਕ ਕਰੋ, ਹਾਲਾਤ ਬਿਲਕੁਲ ਨੋਰਮਲ ਹੈ। ਅਸੀਂ ਇੱਕ ਲਾਅ ਅਬਾਈਡਿੰਗ ਸਿਸਟਮ ਦੇ ਵਿੱਚ ਅਸੀਂ ਫੰਕਸ਼ਨ ਕਰਦੇ ਹਾਂ, ਅਤੇ ਮੈਂ ਅਸ਼ੋਰ ਕਰਦਾ ਕਿ ਅਸੀਂ ਐਸ ਪਰ ਲਾਅ ਹੀ ਅੱਗੇ ਕਾਰਵਾਈ ਕਰਾਂਗੇ। ਸਰ, 13-14 ਤੋਂ ਬਠਿੰਡਾ ਨੇ ਜੱਦਾ ਸਾਹਿਬ ਨੇ ਲੋਕੋ ਕਾ ਕਰਫਿਊ ਆਇਆ, ਉਸ ਪਰ ਆਪਕਾ ਕਹਿਣਾ ਕਹਤੇ ਅੰਮ੍ਰਿਤਪਾਲ ਵੀ ਵਹਾਂ ਪਰ ਸਰੈਂਡਰ ਕਰ ਸਕਦਾ ਹੈ। ਦੇਖੋ ਜੀ, ਜਿਹੜਾ ਸ਼ਖਸ ਕੋਈ ਵੀ ਹੋਵੇ ਜਿਹੜਾ ਲਾਅ ਨੂੰ ਵਾਂਟਡ ਹੈ, ਅਸੀਂ ਉਹਨੂੰ ਫੜਾਂਗੇ। ਸੋ ਇਟ ਇਜ਼ ਬੈਟਰ ਦੈਟ ਸੱਚ ਪੀਪਲ ਸ਼ੁੱਡ ਸਬਮਿਟ ਟੂ ਦਾ ਲਾਅ। ਮੱਥਾ ਟੇਕਣ ਆਇਆ ਸੀਗਾ। ਅਤੇ ਮੈਂ ਇਹ ਵੀ ਦੱਸਣਾ ਚਾਹਾਂਗਾ ਕਿ ਪੰਜਾਬ ਦੇ ਵਿੱਚ ਜਿਹੜੀ ਹੈ ਹਾਰਡ ਅਰਨਡ ਪੀਸ ਹੈਗੀ ਉਹ ਸਾਰੇ ਪੰਜਾਬੀ ਅਤੇ ਪੰਜਾਬ ਪੁਲਿਸ ਮਿਲ ਕੇ ਇਸ ਨੂੰ ਡਿਸਟਰਬ ਨਹੀਂ ਹੋਣ ਦੇਵਾਂਗੇ। ਮੈਂ ਦੋ ਤਿੰਨ ਗੱਲਾਂ ਜ਼ਰੂਰ ਕਹਿਣਾ ਚਾਹਾਂਗਾ ਕਿ ਸਭ ਤੋਂ ਪਹਿਲੇ ਕਿ ਜਿਹੜੇ ਵੀ ਸ਼ਰਾਰਤੀ ਅਨਸਰ ਹੈਗੇ ਜਿਨ੍ਹਾਂ ਨੂੰ ਬਾਹਰਲੀ ਤਾਕਤਾਂ ਪਾਕਿਸਤਾਨ ਦੀ ISI ਦਾ ਸਪੋਰਟ ਹੈਗਾ ਉਹ ਪੰਜਾਬ ਦੇ ਵਿੱਚ ਪੀਸ ਨੂੰ ਡਿਸਟਰਬ ਕਰਨ ਦੀ ਕੋਸ਼ਿਸ਼ ਕਰਦੇ ਪਏ ਹੈਗੇ, ਉਹਨਾਂ ਦੇ ਮਨਸੂਬੇ ਕਾਮਯਾਬ ਨਹੀਂ ਹੋਣਗੇ। ਨੰਬਰ ਦੋ, ਪੰਜਾਬ ਦੇ ਵਿੱਚ ਘੁੰਮੋ ਫਿਰੋ, ਦੇਖੋ ਹਾਲਾਤ ਇੱਥੇ ਬਿਲਕੁਲ ਨੋਰਮਲ ਹਨ। ਜਿਹੜੇ ਸਾਡੇ ਪੰਜਾਬੀ ਭਰਾ ਬਾਹਰ ਬੈਠੇ ਹੈ USA ਕੈਨੇਡਾ ਦੇ ਵਿੱਚ, ਮੈਂ ਉਹਨਾਂ ਨੂੰ ਕਹਾਂਗਾ ਪੰਜਾਬ ਦੇ ਵਿੱਚ ਐਬਸੋਲੂਟ ਪੀਸ ਹੈ, ਪੰਜਾਬ ਦੇ ਵਿੱਚ ਰੂਲ ਆਫ ਲਾਅ ਹੈ। ਤੁਸੀਂ ਆਪ ਆ ਕੇ ਦੇਖੋ, ਤੁਸੀਂ ਆਪਣੇ ਭਰਾਵਾਂ ਨਾਲ ਰਿਸ਼ਤੇਦਾਰਾਂ ਨਾਲ ਤੁਸੀਂ ਗੱਲ ਕਰਦੇ ਹੋ। ਸੋ ਦੇਅਰਫੋਰ ਜੇ ਪੰਜਾਬ ਬਾਰੇ ਕੋਈ ਭ੍ਰਾਂਤੀਆਂ ਹੈਗੀਆਂ, ਗਲਤ ਇੰਪ੍ਰੈਸ਼ਨ ਹੈ, ਤਾਂ ਉਸ ਨੂੰ ਦੂਰ ਕਰ ਲਓ। ਪੰਜਾਬ ਦੀ ਪੁਲਿਸ ਲਾਅ ਅਬਾਈਡਿੰਗ ਪੁਲਿਸ ਹੈ, ਸਾਡਾ ਅਸੀਂ ਲਾਅ ਦੇ ਜ਼ਿੰਮੇਵਾਰ ਹੈ, ਵੀ ਆਰ ਅਕਾਊਂਟੇਬਲ ਟੂ ਦਾ ਲਾਅ। ਸੋ ਮੈਂ ਇਹ ਸਾਰਿਆਂ ਨੂੰ ਕਹਾਂਗਾ ਜਿਹੜਾ ਕੋਈ ਲਾਅ ਵੱਲੋਂ ਲੋੜੀਂਦਾ ਹੈ ਉਹ ਆਪਣੇ ਆਪ ਨੂੰ ਪ੍ਰੋਸੈਸ ਆਫ ਲਾਅ ਦੇ ਅੱਗੇ ਸਬਮਿਟ ਕਰੇ। ਸੋ ਲਾਅ ਦੇ ਮੁਤਾਬਿਕ ਜਿਹੜਾ ਸਾਡੇ ਦੇਸ਼ ਦਾ ਕਾਨੂੰਨ ਹੈ ਉਸ ਦੇ ਮੁਤਾਬਿਕ, ਜਾਬਤੇ ਦੇ ਮੁਤਾਬਿਕ ਸਾਰਿਆਂ ਕੋਲ ਆਪਣੇ ਲੀਗਲ ਰਾਈਟਸ ਹੈਗੇ, ਲੀਗਲ ਪ੍ਰੋਸੈਸ ਹੈ। ਅਤੇ ਮੈਂ ਕੋਈ ਬਹੁਤ ਜ਼ਿਆਦਾ ਇਸ 'ਤੇ ਕਮੈਂਟ ਨਹੀਂ ਕਰਾਂਗਾ ਕਿਉਂਕਿ ਇਹ ਜੁਡੀਸ਼ੀਅਲ ਪ੍ਰੋਸੈਸ ਹੁੰਦਾ, ਪਰ ਮੈਂ ਅਦਰਵਾਈਜ਼ ਕਹਾਂਗਾ ਕਿ ਧਾਰਮਿਕ ਸਥਾਨਾਂ ਦੀ ਵਰਤੋਂ ਆਪਣੇ ਨਿੱਜੀ ਕਾਰਨਾਂ ਕਰਕੇ ਨਹੀਂ ਕਰਨੀ ਚਾਹੀਦੀ, ਧਰਮ ਗ੍ਰੰਥਾਂ ਦੀ, ਧਰਮ ਸਥਾਨਾਂ ਦੀ ਦੁਰਵਰਤੋਂ ਨਹੀਂ ਹੋਣੀ ਚਾਹੀਦੀ। ਅਤੇ ਅਸੀਂ ਪੰਜਾਬ ਦੇ ਵਿੱਚ ਪੀਸ ਨੂੰ ਮੇਨਟੇਨ ਰੱਖਾਂਗੇ। ਜਿਹੜੇ ਸ਼ਰਾਰਤੀ ਅਨਸਰ ਹੈ ਜਿਹੜੇ, ਉਹਨਾਂ ਨਾਲ ਸਖਤੀ ਨਾਲ ਅਸੀਂ ਡੀਲ ਕਰਾਂਗੇ। ਕਿਸੇ ਨੂੰ ਅਸੀਂ ਇਜਾਜ਼ਤ ਨਹੀਂ ਦਾਂਗੇ ਕਿ ਪੰਜਾਬ ਦੀ ਪੀਸ ਡਿਸਟਰਬ ਕੀਤੀ ਜਾਵੇ, ਭਾਵੇਂ ਉਹ ਪਾਕਿਸਤਾਨ ਹੈਗਾ, ਭਾਵੇਂ ਕੋਈ ਏਜੰਸੀ ਹੈਗੀ। ਨਾਲ ਦੀ ਨਾਲ ਮੈਂ ਸਾਰਿਆਂ ਨੂੰ ਅਪੀਲ ਕਰਾਂਗਾ ਕਿ ਰਿਊਮਰਸ 'ਤੇ ਨਾ ਜਾਓ, ਤੁਸੀਂ ਆਪ ਆ ਕੇ ਦੇਖੋ, ਚੈੱਕ ਕਰੋ, ਹਾਲਾਤ ਬਿਲਕੁਲ ਨੋਰਮਲ ਹੈ। ਅਸੀਂ ਇੱਕ ਲਾਅ ਅਬਾਈਡਿੰਗ ਸਿਸਟਮ ਦੇ ਵਿੱਚ ਅਸੀਂ ਫੰਕਸ਼ਨ ਕਰਦੇ ਹਾਂ, ਅਤੇ ਮੈਂ ਅਸ਼ੋਰ ਕਰਦਾ ਕਿ ਅਸੀਂ ਐਸ ਪਰ ਲਾਅ ਹੀ ਅੱਗੇ ਕਾਰਵਾਈ ਕਰਾਂਗੇ। ਸਰ, 13-14 ਤੋਂ ਬਠਿੰਡਾ ਨੇ ਜੱਦਾ ਸਾਹਿਬ ਨੇ ਲੋਕੋ ਕਾ ਕਰਫਿਊ ਆਇਆ, ਉਸ ਪਰ ਆਪਕਾ ਕਹਿਣਾ ਕਹਤੇ ਅੰਮ੍ਰਿਤਪਾਲ ਵੀ ਵਹਾਂ ਪਰ ਸਰੈਂਡਰ ਕਰ ਸਕਦਾ ਹੈ। ਦੇਖੋ ਜੀ, ਜਿਹੜਾ ਸ਼ਖਸ ਕੋਈ ਵੀ ਹੋਵੇ ਜਿਹੜਾ ਲਾਅ ਨੂੰ ਵਾਂਟਡ ਹੈ, ਅਸੀਂ ਉਹਨੂੰ ਫੜਾਂਗੇ। ਸੋ ਇਟ ਇਜ਼ ਬੈਟਰ ਦੈਟ ਸੱਚ ਪੀਪਲ ਸ਼ੁੱਡ ਸਬਮਿਟ ਟੂ ਦਾ ਲਾਅ।